ਅੱਜ ਅਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਮੈਡਮ ਨੂੰ ਮਿਲਣ ਆਏ ਸੀ ਜਿੱਥੇ ਅਸੀਂ ਔਰਤਾਂ ਦੀ ਹਾਲਤ ਦਿਨ ਬ ਦਿਨ ਪੰਜਾਬ ਦੇ ਵਿੱਚ ਜਿਹੜੀ ਬੱਤੋਂ ਬੱਤਰ ਹੋ ਰਹੀ ਆ ਉਹਦੇ ਅਕੋਰਡਿੰਗ ਮੈਂ ਮੰਗ ਪੱਤਰ ਦੇਣ ਆਏ ਸੀ ਕਿਉਂਕਿ ਪੰਜਾਬ ਦੇ ਵਿੱਚ ਦਿਨ ਬ ਦਿਨ ਔਰਤਾਂ 'ਤੇ ਅੱਤਿਆਚਾਰ ਦਾ ਰੇਪ ਕੇਸਿਸ ਦਾ ਵੱਧ ਰਿਹਾ ਅੱਤਿਆਚਾਰ ਦੀ ਹਾਲਾਤ ਵੱਧ ਰਹੇ ਆ ਇਹ ਤਾਂ ਹੋ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਜਿਹਨਾਂ ਪੰਜਾਬ ਦੇ ਜਿਨ੍ਹਾਂ ਨੂੰ ਬਾਗਡੋਰ ਸੰਭਾਲੀ ਹੋਈ ਹੈ ਉਹ ਆਪਣੇ ਮਹਿਲਾਂ ਦੇ ਵਿੱਚ ਆਰਾਮ ਬੈਠੇ ਅਤੇ ਧੀਆਂ ਨਾਲ ਤਾਰ ਤਾਰ ਹੋ ਰਹੀਆਂ ਇਕੱਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਸਾਡੇ ਇਕੱਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਤਿੰਨ ਬੱਚੀਆਂ 2 ਸਾਲ 4 ਸਾਲ ਅਤੇ 6 ਸਾਲ ਦੀਆਂ ਬੱਚੀਆਂ ਨਾਲ ਰੇਪ ਹੋਇਆ ਹੁਣ ਇੱਕ ਮੌਜੂਦਾ ਮਸਲਾ ਸਾਹਮਣੇ ਆਇਆ ਹੋਇਆ ਜਿੱਥੇ ਇੱਕ ਬਹੁਤ ਹੀ ਪ੍ਰੋਮੀਨੈਂਟ ਪਰਸਨ MLA ਦੇ ਉੱਤੇ ਇੱਕ ਔਰਤ ਰੇਪ ਦਾ ਇਲਜ਼ਾਮ ਲਗਾ ਰਹੀ ਹੈ ਦੇਖੋ ਜੀ ਇੱਕ ਔਰਤ ਕੈਮਰੇ ਦੇ ਸਾਹਮਣੇ ਆ ਕੇ ਬੋਲ ਰਹੀ ਹੈ ਉਹ ਵੀ ਸੋਚਣ ਵਾਲੀ ਗੱਲ ਆ ਉਹਨੂੰ ਬੋਲਣ ਦੀ ਮਜਬੂਰੀ ਕਿਉਂ ਹੋਈ ਜੇ ਉਹਦੇ ਨਾਲ ਕੁਝ ਐਸਾ ਹੋਇਆ ਤਾਂ ਉਹਨੂੰ ਇੱਕ ਸਿਕਿਉਰਟੀ ਦੇ ਕੇ ਟਾਈਮ ਬਾਊਂਡ ਇਨਕੁਆਇਰੀ ਕਰੋ ਫਾਸਟ ਟਰੈਕ ਕੋਰਟ ਦੇ ਵਿੱਚ ਲੈ ਕੇ ਆਓ ਤਾਂ ਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਦੋਨਾਂ ਧਿਰਾਂ ਦੇ ਵਿੱਚੋਂ ਇੱਕ ਧਿਰ ਜਿਹੜਾ ਪੀੜਤ ਹੋਵੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਮਰਜ਼ੀ ਹੋਵੇ ਅਸੀਂ ਮਾਣਯੋਗ ਅਦਾਲਤਾਂ 'ਤੇ ਵਿਸ਼ਵਾਸ ਕਰਦੇ ਹਾਂ ਅਸੀਂ ਟਾਈਮ ਬਾਊਂਡ ਇਨਕੁਆਇਰੀ 'ਤੇ ਵੀ ਵਿਸ਼ਵਾਸ ਕਰਾਂਗੇ ਪਰ ਜ਼ਰੂਰਤ ਹੈ ਉਸ ਔਰਤ ਨੂੰ ਸੁਰੱਖਿਆ ਦੇਣ ਦੀ ਪਰ ਨਾਲ ਦੀ ਨਾਲ ਜੇ ਉਹ ਕਹਿੰਦੇ ਆ ਵੀ ਮੇਰੇ 'ਤੇ ਕੋਈ ਸਿਆਸੀ ਦਬਾਅ ਪਾਇਆ ਜਾ ਰਿਹਾ ਅਤੇ ਇਸ ਦੁੱਧ ਦਾ ਦੁੱਧ ਪਾਣੀ ਪਾਣੀ ਕਰਨ ਦੀ ਲੋੜ ਹੈ ਕਿ ਸਿਆਸੀ ਦਬਾਅ ਹੈ ਜਾਂ ਇਹ ਕੋਈ ਐਸਾ ਦਬਾਅ ਹੈ ਕਿ ਉਹ ਆਪਣੀ ਸਿਆਸਤ ਕਰਨ ਦੇ ਲਈ ਇਹ ਕੁਛ ਕਰ ਰਹੇ ਹੈ ਜੀ